ਵਿਛੋੜੇ ਵਾਲੀ ਗੱਲ ਸੁਣ ਕੇ ਭਗਤ ਵਿਸ਼ਨ ਤੇ ਸਾਰੀ ਸਭਾ ਦੇ ਦਿਲ ਲੱਗ ਗਏ ਰੋ। ਸ਼ਮਾ ਸਨ ਦੂਰੇ ਦੂਰੇ ਹੰਝੂ ਨੇਤਰਾਂ ਚੋਂ ਜਾ ਰਹੇ। ਮਹਾਰਾਜ ਕਹਿੰਦੇ ਬਈ ਸਿੱਖੋ ਤੇਜ ਧਰੋ, ਦੇਖ ਲਓ ਤੁਹਾਨੂੰ ਇਸ ਬਹਾਨੇ ਦਰਸ਼ਨ ਦਿੱਤੇ ਆ ਤੇ ਇਸੇ ਤਰ੍ਹਾਂ ਉਹਨਾਂ ਨੂੰ ਦੁੱਖ। ਉਹ ਕਹਿੰਦੇ ਮਹਾਰਾਜ ਤੁਹਾਡੇ ਮੂਹਰੇ ਕੋਈ ਜ਼ੋਰ ਨਹੀਂ ਗਾ, ਪਰ ਤੁਹਾਡਾ ਵਿਛੋੜਾ ਸਾਥੋਂ ਚੱਲਿਆ ਨਹੀਂ, ਸਾਥੋਂ ਮੁਸ਼ਕਲ ਹੈ ਮਹਾਰਾਜ। ਇਹ ਤੁਸੀਂ ਜੋ ਨੇਤਰਾਂ ਤੋਂ ਓਹਲੇ ਹੋ ਗਏ, ਇਹਨਾਂ ਨੇਤਰਾਂ ਨੂੰ ਮਹਾਰਾਜ ਤੁਸੀਂ ਪ੍ਰੇਮ ਵਿਖਾਤਾ, ਉਹ ਨਜ਼ਾਰਾ ਵਿਖਾਤਾ ਜਿਹਨੂੰ ਇਹ ਹੁਣੇ ਪਾਸੇ ਕਰਨਾ ਨਹੀਂ ਚਾਹੁੰਦੇ, ਤੇ ਚਾਹੇ ਇਹਨਾਂ ਪਰਦਾ ਨਾ ਚੱਕਦੇ, ਚਾਹੇ ਸੀਨ ਵਿਖਾਉਂਦੇ ਨਾ, ਜੇ ਵਿਖਾਏ ਤਾਂ ਇਹ ਪਾਸੇ ਨਾ ਹੋਣ, ਸਾਡੇ ਦਿਲ ਕਹਿ ਰਹੇ। ਫਿਰ ਮਹਾਰਾਜ ਕੀ ਸਾਡੇ ਔਗਣਾਂ ਨੂੰ ਹੁਣ ਤੁਸੀਂ ਯਾਦ ਕਰਦੇ ਹੋ, ਸਾਨੂੰ ਵੀ ਛੋੜ ਰਹੇ ਹੋ, ਸਾਡੇ ਦਿਲਾਂ ਦੇ ਬਾਗ ਮਸਾਂ ਖਿੜੇ ਸੀ, ਇਹ ਬਰਬਾਦ ਹੋ ਜਾਣਗੇ, ਸਾਡੇ ਵੱਸ ਨਹੀਂ ਰਹਿਣਾ। ਤੇ ਸਾਡੇ ਕੋਲ ਬੇਨਤੀ ਹੈ, ਅਰਜ ਹੈ ਸਾਡਾ ਕਿ ਤੁਹਾਡੇ ਮੂਹਰੇ ਜ਼ੋਰ ਹੈ, ਤੁਸੀਂ ਬੇਪਰਵਾਹ। ਪਰ ਮਹਾਰਾਜ ਸੋਥੋਂ ਬਿਨਾਂ ਇਹ ਲੰਕਾ ਸੁੰਨੀ ਹੋ ਜੂ, ਇਹ ਬਾਗ ਬੰਗਲੇ ਬਹਾਰਾਂ ਇਹ ਮਹਾਰਾਜ ਸੁੰਨੀਆਂ ਹੋ ਜਾਣਗੀਆਂ। ਬਾਗ ਕਿਸ ਕੰਮ ਹੈ ਜਿਸ ਬਾਗ ਦੇ ਵਿੱਚੋਂ ਮਾਲੀ ਉੱਠ ਜਾਵੇ, ਬੂਟੇ ਸਾਰੇ ਖੜੇ ਰਹਿਣ ਜੇ ਬਹਾਰਾਂ ਉੱਠ ਜਾਣ। ਇਸ ਵਾਸਤੇ ਮਹਾਰਾਜ ਤੁਸੀਂ ਬਹਾਰਾਂ ਦੇ ਨਿਆਈ ਹੋ, ਉੱਠ ਕੇ ਸਾਡਾ ਚਿੱਤ ਨਹੀਂ ਲੱਗਣਾ, ਜਾਂ ਸਾਨੂੰ ਫਿਰ ਨਾਲ ਹੀ ਲੈ ਜਾਓ, ਇਹ ਤਾਂ ਤੇਰਾ ਖੇਲ ਰਚਿਆ ਹੋਇਆ ਹੈ, ਇਸ ਖੇਲ ਨੂੰ ਤੂੰ ਹੀ ਜਾਣਨ ਵਾਲਾ ਹੈ, ਪਰ ਪਿੱਛੋਂ ਤੁਹਾਡੇ ਗੁਣ ਯਾਦ ਆਇਆ ਕਰਨਗੇ, ਤੁਸੀਂ ਯਾਦ ਆਇਆ ਕਰੋਗੇ, ਸਾਡੀ ਪੇਸ਼ ਨਹੀਂ ਜਾਣੀ, ਅਸੀਂ ਹੰਝੂਆਂ ਦੇ ਹਾਰ ਪਵਾਂਗੇ। ਸਾਰੀ ਸੰਗਤ ਨੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਅਰਦਾਸ ਕਰੀ, ਸੁਣੋ ਭਲਾ ਕਹੇ ਬਈ ਸੋੜ ਕੇ ਸੁਣ ਲਓ ਦੀਨ ਦਿਆਲ ਯਾਰ ਨੈਣਾ ਸਾਹਮਣੇ ਜਾਂ ਫਿਰ ਲੈ ਜੋ ਨਾਲ ਹੋ ਤੀਬਰ ਵਿਛੋੜਾ ਚੱਲਿਆ ਨੀ ਜਾਮਣਾ ਥੱਲਿਆ ਨੀ ਜਾਮਣਾ ਲੱਗੀਆਂ ਪਰੀਤਾਂ ਹੋਣੇ ਤੋੜੇ ਕੇ ਨਾ ਜਾ ਸਾਨੂੰ ਲਗੂ ਨੰਦਨ ਹਵੇ ਤੋੜੇ ਕੇ ਨਾ ਜਾ ਬੈਰਾਗੀ ਚੱਲਿਆ ਨੀ ਜਾਮਣਾ ਤੇਰਾ ਇਹ ਵਿਛੋੜਾ ਚੱਲਿਆ ਨੀ ਜਾਮਣਾ ਲੱਗੀਆਂ ਪਰੀਤਾਂ ਹੋਣੇ ਤੋੜੇ ਕੇ ਨਾ ਜਾ ਚਾਹੇ ਪਹਿਲਾਂ ਇੰਨੀਆਂ ਪ੍ਰੀਤਾਂ ਪਾਉਂਦੇ ਨਾ ਉੱਚਾ ਦੇ ਸਮੁੰਦਰਾਂ ਚ ਰੋੜ ਕੇ ਨਾ ਜਾ ਸਾਨੂੰ ਰੋੜ ਕੇ ਨਾ ਜਾ ਸਾਨੂੰ ਰਹਿ ਦੂ ਲੰਘਣਾ ਵੇ ਛੋੜ ਕੇ ਨਾ ਜਾਂ ਦੇ ਉਗਣਾ ਨੂੰ ਯਾਦ ਕਰੋ ਤਿਲਾਂ ਦੇ ਚਮਾਲਾ ਬਰਬਾਦ ਨਾ ਕਰੋ ਸਾਡਾ ਜੋਰ ਕੋਈ ਨਾ ਇਸ ਦਾ ਸਹਾਰਾ ਸਾਨੂੰ ਹੋਰ ਕੋਈ ਨਾ ਕੋਈ ਕੰਠ ਲਾ ਕੇ ਪ੍ਰੀਤਮ ਜੋੜ ਕੇ ਨਾ ਜਾ ਸਾਨੂੰ ਰਹਿ ਦੂ ਨੰਦ ਲਾਵੇ ਛੋੜ ਕੇ ਨਾ ਜਾ ਕੋਈ ਬੈਦ ਬਿਰਹਾਉਂਦੇ ਰੋਗੀ ਦਾ ਬੁਰਾ ਹਾਲ ਹੁੰਦਾ ਰਾਮਦੇਵ ਜੋਗੀ ਦਾ ਲੰਕਾ ਲੱਗਦੀ ਬੁਰੀ
ਸਾਨੂੰ ਜਾਂ ਤਾਂ ਲੈ ਜਾ ਜੀ ਅਯੁੱਧਿਆ ਪੁਰੀ ਉਹ ਕਲਾ ਲੋਰੀ ਮੈਂ ਬਲਾ ਜੋ ਛੋੜ ਕੇ ਨਾ ਜਾ ਸਾਨੂੰ ਰਘੁਨੰਦ ਲਾਵੇ ਛੋੜ ਕੇ ਨਾ ਜਾ ਬੇਅਤ ਜਾਣਦਾ ਅਕੇਲਾ ਆਪਣਾ ਜਾਣ ਕੇ ਰਚਾਈ ਬੇਟਾ ਖੇਲਾ ਆਪਣਾ ਭਾਂਡਾ ਤੂੰ ਕਿਸੇ ਸਿਰ ਫੋੜ ਕੇ ਰਾਜਾ ਸਾਨੂੰ ਰਘੁਨੰਦ ਲਾਵੇ ਛੋੜ ਕੇ ਨਾ ਜਾ ਹਾਰਾਂ ਨੂੰ ਪਰਵਾਂਗੇ ਅਸੀਂ ਪਿੱਛੋਂ ਯਾਦ ਕਰ ਕਰ ਰੋਵਾਂਗੇ ਅਸੀਂ ਕਹਿੰਦੇ ਵੀ ਮੈਂ ਤੁਹਾਨੂੰ ਦੱਸਾਂ ਗੱਲ ਵੀ ਕਿਵੇਂ ਵਿਛੋੜਾ ਤੇ ਕਿਵੇਂ ਮੇਲ ਮੈਂ ਤੁਹਾਨੂੰ ਸਭ ਗੱਲ ਸਮਝਾਉਂਗਾ ਵਿਛੋੜਾ ਤਾਂ ਉਦੋਂ ਆ ਪਿਆਰਿਓ ਜਦੋਂ ਵਾਹਿਗੁਰੂ ਨੂੰ ਗੈਰ ਹਾਜ਼ਰ ਸਮਝ ਗਈ ਜਦੋਂ ਹਿਰਦੇ ਚੋਂ ਨਾਮ ਭੁੱਲ ਜਾਵੇ ਉਦੋਂ ਹੈ ਵਿਛੋੜਾ ਕਹਿੰਦੇ ਮੈਂ ਤੁਹਾਨੂੰ ਦੱਸਦਾ ਨਾ ਨਾਮ ਨੂੰ ਤੇ ਪਰਮੇਸ਼ਰ ਨੂੰ ਇੱਕ ਸਮਝੋ ਇਹਦੇ ਵਿੱਚ ਭੇਦ ਨਾ ਸਮਝੋ ਅਨੰਤ ਰਾਮ ਜੀ ਇਸ ਕਥਾ ਤੇ ਖੁਸ਼ ਹੋ ਕੇ ਇਨਾਮ ਦਿੰਦੇ ਹੈ ਗੁਰੂ ਕੀ ਸਿਰ ਤੇ ਮਾਇਆ ਪਾਉਂਦੇ ਆ ਸਤਿਗੁਰੂ ਜੀ ਪ੍ਰਵਾਨ ਕਰਨ ਹੋਰ ਬਹੁਤ ਸਾਰੇ ਸਤਸੰਗੀ ਸਰਧਾਲੂ ਜਰਨੈਲ ਸਿੰਘ ਜੀ ਪਾਲਾਂ ਵਾਲੇ ਗ੍ਰੰਥੀ ਅਮਰ ਸਿੰਘ ਜੀ ਦੂਜੀ ਵਾਰ ਗੁਰੂ ਕੀ ਸਿਰ ਤੇ ਮਾਇਆ ਭੇਜਦੇ ਆ ਇੱਕ ਛੋਟਾ ਜਿਹਾ ਬੱਚਾ ਇਹ ਆਪਣੇ ਮਾਤਾ ਪਿਤਾ ਦੀ ਕਮਾਈ ਸਫਲ ਕਰਾਉਂਦੀ ਹੈ ਗੁਰੂ ਕੇ ਖੇਤਰ ਚ ਮਾਇਆ ਭੇਜ ਕੇ ਸੋਹਣ ਸਿੰਘ ਜੀ ਨਗਰ ਸ਼ੇਰਪੁਰੇ ਤੋਂ ਗੁਰੂ ਕੇ ਖੇਤਰ ਚ ਮਾਇਆ ਪਾ ਕੇ ਗਏ ਆ ਸਾਰੇ ਸਤਸੰਗੀਆਂ ਦਾ ਦਾਨੀ ਵੀਰਾਂ ਦਾ ਅਸੀਂ ਧੰਨਵਾਦ ਕਹਿੰਦੇ ਸੁਣੋ ਪ੍ਰੇਮ ਨਾਲ ਸਾਨੂੰ ਹਰ ਜਗ੍ਹਾ ਵੇਖੋ ਹਰ ਜਗ੍ਹਾ ਕੋਈ ਜਗ੍ਹਾ ਐਸੀ ਖਾਲੀ ਨਹੀਂ ਜਿੱਥੇ ਮੈਂ ਨਹੀਂ ਕਹਿੰਦੇ ਪਰਮੇਸ਼ਰ ਦਾ ਹਰ ਜਗ੍ਹਾ ਹੱਥ ਹੈ ਹਰ ਜਗ੍ਹਾ ਕੰਨ ਹੈ ਹਰ ਜਗ੍ਹਾ ਨੇਤਰ ਹੈ ਫਿਰ ਕਹਿੰਦੇ ਦੂਜੀ ਗੱਲ ਕਹਿੰਦੇ ਜੋ ਤੁਹਾਨੂੰ ਦੇਹ ਸਾਰੀ ਦਿਸ ਰਹੇ ਆ ਇਹਨਾਂ ਨੂੰ ਸਭ ਪਰਮੇਸ਼ਰ ਦੇ ਸਮਝੋ ਪਰਮੇਸ਼ਰ ਤੋਂ ਬਿਨਾਂ ਕੋਈ ਹੈ ਹੀ ਨਹੀਂ ਦੂਜੀ ਗੱਲ ਕਹਿੰਦੇ ਭਵਿਸ਼ਣਾ ਇਹ ਆ ਕਹਿੰਦੇ ਤੈਨੂੰ ਇਹ ਸਮਝਾ ਜੇ ਤੂੰ ਸਾਡੇ ਬਚਨਾਂ ਦਾ ਸਤਿਕਾਰ ਕਰਦਾ ਮੈਂ ਕਹਿੰਦੇ ਦੱਸਣ ਆਇਆ ਕੁਛ ਉਹ ਵਿਰਾਟ ਸਰੂਪ ਛੋਣ ਤੈਨੂੰ ਕਹਿੰਦੇ ਅੰਦਰਲਾ ਗਿਆਨ ਕਰਦਾ ਲੰਕਾ ਹੈ ਸਰੀਰ ਤੇ ਜਿਹੜਾ ਸਮੁੰਦਰ ਅਸੀਂ ਪਾਰ ਕਰਕੇ ਆਏ ਆ ਇਹ ਹੈ ਭਵਜਲ ਦੁਨੀਆ ਪੁਲ ਹੈ ਸਤਿਗੁਰੂ ਦੇ ਪ੍ਰਵਚਨ ਮਨਮੁੱਖ ਹੈ ਪੱਥਰਾਂ ਦੀ ਨਿਆਈ ਨਾਮ ਜਿਸ ਹਿਰਦੇ ਚ ਵਸ ਗਿਆ ਉਕਰਿਆ ਗਿਆ ਉਹ ਤਰ ਜਾਂਦੇ ਆ ਫਿਰ ਇਸ ਲੈਂਕਾ ਦੇ ਵਿੱਚ ਰੋਣ ਹੈ ਫੁਰਨਾ ਕਾਮ ਕ੍ਰੋਧ ਵਗੈਰਾ ਇਹ ਦੇਂ ਤਾਂ ਇਸ ਨੂੰ ਕਹਿੰਦੇ ਪਿਆਰੇ ਗਿਆਨ ਦੀ ਢਾਲ ਲੈ ਕੇ ਤੇ ਸ਼ਬਦ ਦੇ ਬਾਣਾਂ ਦੇ ਨਾਲ ਪਹਿਲਾਂ ਰੋਣ ਨੂੰ ਮਾਰੋ ਦੂਜੇ ਤਾਂ ਆਪਣੇ ਆਪ ਹੱਥ ਖੜੇ ਕਰ ਜਾਣਗੇ ਬਸ ਇਸ ਗੱਲ ਨੂੰ ਯਾਦ ਰੱਖੀ ਕਹਿੰਦੇ ਆਪਣਾ ਵਿਛੋੜਾ ਹੀ ਨਹੀਂ ਵਿਸ਼ੇ ਕਹਿੰਦਾ ਮਹਾਰਾਜ ਤੁਹਾਡਾ ਗਿਆਨ ਮੈਂ ਸੁਣ ਲਿਆ ਸਮਝ ਲਿਆ ਵੀ ਤੁਹਾਡੀ ਕਿਰਪਾ ਹੈ ਪਰ ਮੈਨੂੰ ਇਸ ਵੇਲੇ ਆਹ ਜਿਹੜਾ ਰਾਜ ਤੁਸੀਂ ਕਹਿੰਦੇ ਆ ਇਹ ਹਨੇਰੇ ਖੂਹ ਦੀ ਨਿਆਈ ਲੱਗ ਰਿਹਾ ਮੈਂ ਨਹੀਂ ਰਾਜ ਕਰਨਾ ਚਾਹੁੰਦਾ ਮਹਾਰਾਜ ਕਹਿੰਦੇ ਵੀ ਜਦੋਂ ਤੂੰ ਸਾਡੇ ਕੋਲ ਆਇਆ ਸੀ ਤੇਰੀ ਇਹ ਇੱਛਾ ਸੀ ਕਿ ਨਹੀਂ ਵੀ ਰੌਣ ਵੀ ਰਾਜ ਕਰ ਰਿਹਾ ਤੇ ਇਹ ਅੱਜ ਦੀ ਦੁਨੀਆਂ ਹੈ ਪਰਮੇਸ਼ਰ ਦੀ
ਇਹਨਾਂ ਤੇ ਹੁਕਮ ਚਲਾਉਂਦਾ, ਜ਼ੋਰ ਕਰਦਾ, ਇਹਨਾਂ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦਾ, ਮੈਂ ਰਾਜ ਕਰਕੇ ਵਿਖਾਵਾਂ, ਦੁਨੀਆਂ ਰਾਮ ਦੇ ਗੁਣ ਗਾਵੇ, ਸਾਰੀ ਦੁਨੀਆਂ ਸੁਖੀ ਹੋਵੇ, ਖੁਸ਼ ਹੋ ਕੇ ਪਰਮੇਸ਼ਰ ਨੂੰ ਯਾਦ ਕਰੇ, ਰੱਬ ਦੇ ਹੁਕਮ ਚ ਰਹਿ ਕੇ ਸੇਵਾਦਾਰ ਬਣ ਕੇ ਫੇਰ ਰਾਜ ਕੀਤਾ ਜਾਵੇ, ਤੇਰੇ ਦਿਲ ਚ ਇਹ ਗੱਲ ਕਿ ਨਹੀਂ? ਕਹਿੰਦੇ ਹਾਂ। ਕਹਿੰਦੇ ਉਹ ਹੈ ਭਗਤਾ, ਫਿਰ ਅਸੀਂ ਤੈਨੂੰ ਅਨੁਸਾਰ ਕਹਿ ਤੱਕ ਨਾ ਰਾਹ ਵੀ ਲੰਕੇਸ਼ਪਤੀ ਸਾਡਾ ਵਿਰਧ ਹੈ, ਆਪਣੇ ਸਿੱਖ ਦੀ ਪਹਿਲਾਂ ਮਨੋਕਾਮਨਾ ਪੂਰੀ ਕਰਦੇ ਹਾਂ, ਜਦੋਂ ਮਨੋਕਾਮਨਾ ਹੋ ਗਈਆਂ ਪੂਰੀਆਂ ਫਿਰ ਉਹਨੇ ਕਾਮ ਹੋ ਗਿਆ, ਬਾਤ ਨਾ ਖਤਮ ਹੋ ਗਈ, ਫਿਰ ਕਹਿੰਦੇ ਅਸੀਂ ਆਪਣੇ ਆਪ ਨੂੰ ਪ੍ਰਾਪਤ ਹੋ ਜਾਂਦੇ, ਸੇਵਾ ਕਰਤ ਹੋਏ ਨੇ ਕਾਮੀ, ਉਸ ਤੋਂ ਬਾਅਦ ਤਾਂ ਫਿਰ ਕਹਿੰਦੇ ਅਸੀਂ ਪ੍ਰਾਪਤ ਹੁੰਦੇ ਹਾਂ। ਇਸ ਵਾਸਤੇ ਕਹਿੰਦੇ ਆ ਸਾਡਾ ਗਿਆਨ ਖੁੱਲੇ ਬੰਨ ਕੇ ਰੱਖੀ। ਉਹ ਕਹਿੰਦੇ ਮਹਾਰਾਜ ਇਹ ਜਿਹੜਾ ਤੁਹਾਡਾ ਉੱਤੋਂ ਗਿਆਨ ਹੈ, ਭਾਵਾਂ ਸਾਰਿਆਂ ਨੇ ਸੁਣਿਆ ਪਰ ਮੰਨਣਾ ਔਖਾ, ਜਿਹਨਾਂ ਚ ਤੁਸੀਂ ਪੂਰੀ ਕਿਰਪਾ ਨਹੀਂ ਕਰਦੇ, ਇੱਕ ਅੱਧੇ ਨੇ ਮੰਨ ਲਿਆ, ਸੁਣਿਆ ਤਾਂ ਸਾਰਿਆਂ ਨੇ ਆ, ਆਹ ਨੇ ਯਾਰ ਆ ਕਿੱਥੇ ਇਹ ਗੱਲ, ਕਿੱਥੇ ਬੈਠ ਕੇ ਜੀ ਰਾਮ ਰਾਮ ਜਪਾਂਗੇ, ਪਤਾ ਨਹੀਂ ਕਦੋਂ ਤੂੰ ਆਵਾਜ਼ ਸੁਣਨੀ ਹੈ, ਕਿੱਥੇ ਸਨਮੁਖ ਤੇਰੇ ਦਰਸ਼ਨ, ਸਨਮੁਖ ਸਾਰੇ ਵਜਨ ਸੁਣਦੇ ਆ, ਕਰੋੜਾਂ ਦੁਨੀਆਂ ਤੇਰੇ ਦਰਸ਼ਨ ਕਰਦੀ ਹੈ, ਕਰੋੜਾਂ ਦੁਨੀਆਂ ਤੇ ਬ੍ਰਹਮ ਗਿਆਨ ਨੂੰ ਸੁਣਦੀ ਆ, ਕਿੰਨਾ ਫਰਕ ਆ ਮਹਾਰਾਜ, ਕਿੱਥੇ ਰਹਿ ਜਾਓ ਤੇਰਾ ਧਿਆਨ ਕਰਕੇ ਤੁਹਾਡੇ ਕੋਲ ਅਸੀਂ ਆਉਂਦੇ ਹਾਂ, ਤੁਸੀਂ ਆਉਣ ਸਾਰ ਕਹਿੰਦੇ ਨੇ ਸੁਣਾ ਵੀ ਪਿਆਰੇ, ਤੇ ਕਿੱਥੇ ਰਾਮ ਰਾਮ ਜਪੀ ਆ ਵਿਸ਼ਵਾਸ ਦੇ ਨਾਲ, ਪਤਾ ਨੀ ਤੂੰ ਸੁਣਨਾ ਜਾਂ ਨਹੀਂ ਸੁਣ, ਕਿੱਥੇ ਰਾਮ ਕਹਿਣ ਦੀ ਵੀ ਨੀ ਜ਼ਰੂਰਤ, ਜਦੋਂ ਤੁਹਾਡੇ ਕੋਲ ਆ ਕੇ ਬਹਿਨੇ ਪਹਿਲਾਂ ਪੁੱਛਦੇ ਆ ਸੁਣਾਓ ਵੀ ਪਿਆਰੇ, ਇੰਨਾ ਫਰਕ ਮਹਾਰਾਜ ਕਿਵੇਂ ਰੱਖ ਸਕਦਾ? ਫਿਰ ਕਹਿੰਦੇ ਮਹਾਰਾਜ ਇੱਕ ਤਾਂ ਸਾਨੂੰ ਨਾਲ ਹੀ ਲੈ ਚੱਲੋ, ਚੰਗਾ ਕਹਿੰਦੇ ਮੋੜੀ ਦਾ ਸਾਡੇ ਕੋਲੋਂ ਭਗਤਾ ਵਜਨ ਤੇਰਾ, ਚੱਲ ਮੇਰੇ ਨਾਲ ਤੋਂ ਤਿਆਰ ਹੋ ਭਵਿਸ਼ਣ, ਤੂੰ ਵੀ ਕਹਿੰਦੇ ਸਿਫਤ ਦੇ ਯੋਗ, ਕਿਉਂ? ਰਾਕਸ਼ਾਂ ਦੇ ਵਿੱਚ ਰਹਿ ਕੇ ਮੇਰਾ ਨਾਮ ਜਪਿਆ, ਮੈਨੂੰ ਅੰਗ ਸੰਗ ਸਮਝਿਆ, ਰਾਜ ਸੁੱਖਾਂ ਨੂੰ ਕੁਛ ਨਹੀਂ ਸਮਝਿਆ, ਉਹ ਕਲਰਾਂ ਦੇ ਵਿੱਚ ਇਕੱਲਾ ਹੋਇਆ ਤੂੰ ਕਮਲ ਪੈਦਾ, ਕਰ ਕੋਈ ਸਕਦਾ ਭਗਤ ਤੇਰੀ ਸਲਾਹ, ਨਾਮ ਮੇਰਾ ਜਪਿਆ ਤੂੰ ਇੱਥੇ ਪ੍ਰਹਲਾਦ ਸਾਨੂੰ, ਚਾਹੀਦੀ ਪ੍ਰੀਤ ਐਸੀ ਹੋਣੀ ਜਗਦੀ ਸਲਾਹ, ਚੱਲ ਜਲ ਕੇ ਦਲਾਰੀ ਨੂੰ ਵੀ ਸੱਦ ਲੋ ਸਭਾ ਦੇ ਵਿੱਚ, ਸੱਦ ਕੇ ਤੇ ਲੱਗੇ ਕਰਨ ਬਚਨ ਇੱਕ ਪੀਸ ਨਾ। ਅਜੇ ਮਾਤਾ ਸੀਤਾ ਸੋਗ ਬਾਗ ਵਿੱਚ ਹਨੂੰਮਾਨ ਨੂੰ ਸੱਦ ਲਿਆ, ਆ ਵੀ ਹਨੂੰਮਾਨ, ਹਨੂੰਮਾਨ ਆ ਗਏ, ਨਮਸਕਾਰ ਕਰਕੇ ਬੈਠ ਗਏ, ਮਹਾਰਾਜ ਵੇਖ ਕੇ ਹਨੂੰਮਾਨ ਨੂੰ ਖੁਸ਼ ਹੋ ਗਏ, ਕਹਿੰਦੇ ਕਈ ਅਜੇ ਭਗਤ ਹੈ ਸਾਡੇ, ਜਦੋਂ ਅਸੀਂ ਵੇਖ ਲੈਂਦੇ ਹਾਂ ਸਾਡਾ ਮਨ ਪ੍ਰਸੰਨ ਹੋ ਜਾਂਦਾ, ਕਿਉਂ? ਉਹਨਾਂ ਦੇ ਹਿਰਦੇ ਵਿੱਚ ਕੋਈ ਵਾਸਨਾ ਨਹੀਂ, ਕੋਈ ਤੈਅ ਨਹੀਂ, ਨਿਰਾ ਸਾਡਾ ਪਿਆਰ, ਸਾਡੇ ਹੁਕਮ ਦਾ ਸਤਿਕਾਰ, ਇਹੋ ਜਿਹੇ ਜਿਹੜੇ ਭਗਤ ਹੈ ਉਹ ਮੇਰੇ ਪ੍ਰਾਣਾਂ ਤੋਂ ਪਿਆਰੇ ਹੈ, ਉਹ ਮੇਰੇ ਦਿਲ ਹੈ। ਕਹਿੰਦੇ ਇਹ ਹਨੂੰਮਾਨ ਦਾ ਵੀ ਮੈਂ ਗੁਣ ਨਹੀਂ ਕਦੇ ਭੁੱਲ ਸਕਦਾ, ਕਹਿੰਦੇ ਉਹ ਮੇਰਾ ਸੇਵਕ ਹੈ ਪਰ ਮੇਰਾ ਇਹਦੇ ਨਾਲ ਪਿਆਰ ਲਸਣ ਵਾਂਗੂ ਹੀ ਹੈ। ਕਹਿੰਦੇ ਪ੍ਰਦੇਸ਼ਾਂ ਵਿੱਚ ਸਾਡਾ ਮਿੱਤਰ ਬਣਿਆ, ਇਹਨੇ ਸਗਰੀ ਵਰਗੇ ਸਾਥੀ ਦਾ ਮੇਲ ਕਰਾਇਆ, ਕਿੰਨੀ ਕਰੋੜਾਂ ਸੈਨਾ ਸੀ, ਮੇਰਾ ਹੁਕਮ ਪਾ ਕੇ ਸੀਤਾ ਦੀ ਖੋਜ ਕੀਤੀ ਤਾਂ ਵੀ ਮਹਾਂਵੀਰ ਤੂੰ ਕੀਤੀ, ਮੇਰੀ ਲਾਜ ਰੱਖੀ, ਲੰਕਾ ਆ ਕੇ ਸਾੜ ਦਿੱਤੀ, ਨਿਰਭੈ ਹੋ ਗਿਆ, ਐਡੇ ਦੈਂਤਾਂ ਦਾ ਡਰ ਨਾ ਰੱਖਿਆ, ਸਿਰਫ ਮੈਨੂੰ ਅੰਗ ਸੰਗ ਸਮਝਿਆ, ਇਹ ਵੀ ਗੁਣ ਕਹਿੰਦੇ ਮਹਾਂਵੀਰ ਤੇਰੇ ਜੀ ਹੋ ਸਕਦਾ, ਜੇ ਤੂੰ ਨਾ ਇੱਥੇ ਹੁੰਦਾ ਲਗਣੋਂ ਮੇਰਾ ਵਿਛੋੜਾ ਪੈ ਗਿਆ ਸੀ, ਕਿਹੜਾ ਐਡਾ ਸੂਰਬੀਰ ਆ ਜਿਹੜਾ ਪਹਾੜ ਲਿਆਉਂਦਾ, ਸੰਜੀਵਨੀ ਕੌਣ ਲਿਆਉਂਦਾ ਇੰਨੇ ਟਾਈਮ ਦੇ ਵਿੱਚ, ਰਾਕਸ਼ਾਂ ਤੋਂ ਰਿਸ਼ੀ ਮੁਨੀ ਦੇਵਤੇ ਸਾਰਾ ਸਤੇ ਪਏ ਸੀ, ਆ ਜਿੰਨਾ ਮੋਰਚਾ ਫਤਿਹ ਹੋਇਆ ਹੈ ਤੇਰੀ ਕਿਰਪਾ ਨਾਲ ਹੋਇਆ ਮਹਾਂਵੀਰ,